ਅੱਜ ਵੀ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਆ ਇਸ ਮੁਲਕ ਦੇ ਵਿੱਚ ਤੇ ਸਾਨੂੰ ਹੱਲੇ ਤੱਕ ਸੈਕੂਲਰਿਜ਼ਮ ਦਾ ਮਤਲਬ ਸਮਝ ਨਹੀਂ ਆਇਆ ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਲੈ ਕੇ ਜਾਣਾ ਵਾ ਜਿੱਥੇ ਮਹਾਰਾਜਾ ਸਿੱਖ ਸੀ ਉਸ ਦਾ ਜਿਹੜਾ ਫੋਰਨ ਮਿਨਿਸਟਰ ਸੀ ਫਕੀਰ ਅਜੀਜ਼ਉਦਦ ਉਹ ਮੁਸਲਮਾਨ ਸੀ ਕੁਝ ਬੜੇ ਪ੍ਰਸਿੱਧ ਜਰਨੈਲ ਸਿੱਖ ਸਨ ਜਿਸ ਤਰ੍ਹਾਂ ਕਿ ਅਕਾਲੀ ਫੂਲਾ ਸਿੰਘ ਜਨਾਬਾਰੇ ਅਸੀਂ ਥੋੜੀ ਜੀ ਗੱਲ ਕਰਾਂਗੇ ਸਦਾ ਹਰੀ ਸਿੰਘ ਨਲਵਾ ਜਿਹੜੇ ਬੜੇ ਮਸ਼ਹੂਰ ਹਨ ਨਾਲ ਉਹਨਾਂ ਦੇ ਹਿੰਦੂ ਜਰਨੈਲ ਵੀ ਸਨ ਮਿਸਰ ਦੀਵਾਨ ਚੰਦ ਦੀਵਾਨ ਮੋਕਮ ਚੰਦ ਜ਼ੋਰਾਵਾਰ ਸਿੰਘ ਡੋਗਰਾ ਭਰਾ ਜਿਹੜੇ ਹੈਗੇ ਸਨ ਇਹਨਾਂ ਤੋਂ ਇਲਾਵਾ ਫਰੰਗੀ ਜਰਨੈਲ ਸਨ ਜੋਂ ਫਰਾਂਸੁਆ ਲਾਰਡ ਉਹਨਾਂ ਦੇ ਜਿਹੜੇ ਘੁੜਸਵਾਰ ਸਨ ਉਹਨਾਂ ਦੇ ਇਨਚਾਰਜ ਸਨ ਸਿੱਖਾਂ ਦੇ ਵਿੱਚ ਇਨਫੈਂਟਰੀ ਦਾ ਕੋਈ ਕਨਸੈਪਟ ਨਹੀਂ ਸੀ ਹੁੰਦਾ ਕਿਉਂਕਿ ਸਾਰੀ ਲੜਾਈ ਘੋੜਿਆਂ ਦੇ ਉੱਤੇ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੰਗਰੇਜ਼ਾਂ ਨੂੰ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਟ੍ਰੇਨਿੰਗ ਕਰਕੇ ਹਿੰਦੁਸਤਾਨੀਆਂ ਨੂੰ ਉਸ ਵੇਲੇ ਪੂਰਬੀ ਬੜੇ ਹੁੰਦੇ ਸਨ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਵਿੱਚ ਪੂਰਬੀ ਸਿਪਾਹੀਆਂ ਨੂੰ ਕਿੰਨਾ ਵਧੀਆ ਟ੍ਰੇਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਕਿ ਵੀ ਪੰਜਾਬ ਦੀ ਫੌਜ ਦੇ ਵਿੱਚ ਵੀ ਇਨਫੈਂਟਰੀ ਹੋਣੀ ਚਾਹੀਦੀ ਹੈ ਸੋ ਜੌਨ ਬੈਪਟਿਸ ਵੈਂਚੂਰਾ ਜਿਹੜਾ ਕਿ ਫ੍ਰੈਂਚ ਜਰਨਲ ਸੀ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਇਨਫੈਂਟਰੀ ਦੀਆਂ ਬਟੈਲయన్స్ ਤਿਆਰ ਕਰੋ ਅੱਛਾ ਬਹੁਤ ਸਾਰੇ ਐਡਮਿਨਿਸਟਰੇਟਰਸ ਜਿਹੜੇ ਲੈਂਡ ਰੈਵਨਿਊ ਟੈਕਸੇਸ਼ਨ ਟ੍ਰੈਜਰੀ ਦੇ ਇਨਚਾਰਜ ਸਨ ਉਹ ਸਾਰੇ ਹਿੰਦੂ ਸਨ ਕਈ ਸਰਦਾਰ ਬੜੀ ਵੱਡੀ ਵੱਡੀ ਫੈਮਿਲੀਜ਼ ਚੋਂ ਆਏ ਸਨ ਕਈ ਜਨਾਂ ਦਾ ਮੈਂ ਨਾਂ ਲਿਆ ਹੈਗਾ ਬਿਲਕੁਲ ਗਰੀਬ ਬੈਕਗ੍ਰਾਉਂਡ ਤੋਂ ਦੇ ਵਰ ਨੋਬਾਡੀਜ਼ ਸੋ ਆ ਦੇਖੋ ਇੱਕ ਦਰਬਾਰ ਜਿਹਦੇ ਵਿੱਚ ਕੋਈ ਫਰਕ ਨਹੀਂ ਤੁਸੀਂ ਹਿੰਦੂ ਹੋ ਮੁਸਲਮਾਨ ਹੋ ਸਿੱਖ ਹੋ ਫਰੰਗੀ ਹੋ ਉੱਚੇ ਖਾਨਦਾਨ ਤੋਂ ਹੋ ਨੀਵੇਂ ਖਾਨਦਾਨ ਤੋਂ ਕੋਈ ਫਰਕ ਨਹੀਂ ਵਜ਼ੀਫਾ ਤੁਹਾਨੂੰ ਉਹ ਦਿੱਤਾ ਜਾਏਗਾ ਜਿਸ ਦੇ ਤੁਸੀਂ ਕਾਬਿਲ ਹੋ ਇਹ ਤੇ ਹੋਇਆ ਨਾ ਇੱਕ ਬੜਾ ਪ੍ਰੈਕਟੀਕਲ ਕਿਸਮ ਦਾ ਸੈਕੂਲਰਿਜ਼ਮ ਕਿ ਵੀ ਤੁਸੀਂ ਪਰਵਾਹ ਹੀ ਨਾ ਕਰੋ ਕਿ ਕੋਈ ਕੌਣ ਹੈ ਤੁਸੀਂ ਸਿਰ ਇਹ ਦੇਖੋ ਕਿ ਕੰਮ ਕੌਣ ਕਰ ਸਕਦਾ ਹੈਗਾ ਇਹ ਗੱਲ ਰਣਜੀਤ ਸਿੰਘ ਨੂੰ 300 ਸਾਲ ਪਹਿਲਾਂ ਸਮਝ ਆਈ ਸੀ ਸਾਨੂੰ ਤੇ ਅੱਜ ਤੱਕ ਨਹੀਂ ਸਮਝ ਆਈ ਸੋ ਇੰਜ ਦੀਆਂ ਗੱਲਾਂ ਨੂੰ ਜੇ ਅਸੀਂ ਦੇਖੀਏ ਤੇ ਮਹਿਸੂਸ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਾਸ ਅ ਮੈਨ ਟਰੂਲੀ ਅਹੈਡ ਆਫ ਹਿਸ ਟਾਈਮ